ਬਾਈਕ ਅਤੇ ਐਕਟਿਵਾ ਦੀ ਆਮੋ ਸਾਹਮਣੇ ਟੱਕਰ ਹੋਈ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇਸ ਐਕਸੀਡੈਂਟ ਦੇ ਵਿੱਚ ਦੋ ਸ਼ਖਸ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਦੁਪਹੀਆ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਇਹ ਹਾਦਸਾ ਫਲੌਰ ਦੇ ਪਿੰਡ ਗੜਾ ਦੇ ਵਿੱਚ ਹੋਇਆ। ਜ਼ਖਮੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਦੋ ਸ਼ਖਸ ਸਕੂਟੀ 'ਤੇ ਸਵਾਰ ਸੀ ਅਤੇ ਇੱਕ ਬਾਈਕ 'ਤੇ। ਦੱਸਣ ਦੇ ਮੁਤਾਬਿਕ ਜ਼ਖਮੀ ਹੋਏ ਵਿਅਕਤੀਆਂ ਦੀ ਪਹਿਚਾਣ ਮਨੀਸ਼ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਅਰੋੜਾ ਜ਼ਿਲ੍ਹਾ ਊਨਾ ਅਤੇ ਵਿਜੇ ਕੁਮਾਰ ਪੁੱਤਰ ਪਾਲ ਰਾਮ ਵਾਸੀ ਪਿੰਡ ਥਲਾ ਵਜੋਂ ਹੋਈ। ਮ੍ਰਿਤਕ ਦੀ ਪਹਿਚਾਣ ਰਾਹੁਲ ਪੁੱਤਰ ਪ੍ਰੇਮ ਵਾਸੀ ਪਿੰਡ ਪੰਜਾਬਰ ਉਹਨਾਂ ਵਜੋਂ ਹੋਈ। ਸੋ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ। ਐਕਟਿਵਾ ਔਰ ਬਾਈਕ ਦੀ ਆਮੋ ਸਾਹਮਣੇ ਟੱਕਰ ਹੋਈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਸਾਡੇ ਕੋਲ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਨਾਲ। ਇੱਕ ਬਰੋਡ ਡੈਡ ਸੀਗਾ, ਦੂਸਰਾ ਪੇਸ਼ੈਂਟ ਉਹਦੇ ਸਿਰ ਵਿੱਚ ਕਾਫ਼ੀ ਗੰਭੀਰ ਸੱਟ ਆਇਆ, ਹੋਸ਼ ਵਿੱਚ ਪੂਰੀ ਹੋਸ਼ ਵਿੱਚ ਨਹੀਂ ਹੈਗਾ ਪੇਸ਼ੈਂਟ। ਫਸਟ ਏਡ ਅਸੀਂ ਦੇ ਦਿੱਤੀ ਆ ਅਤੇ ਟ੍ਰੀਟਮੈਂਟ ਚੱਲਦਾ ਪਿਆ। ਉਸ ਤੋਂ ਬਾਅਦ ਅੱਗੇ ਸੀ ਸਿਵਲ ਹਸਪਤਾਲ ਜਲੰਧਰ, ਅੱਗੇ ਆਈ ਸੀ ਯੂ ਵਿੱਚ ਐਡਮਿਸ਼ਨ ਦੀ ਲੋੜ ਆ ਉਹਨਾਂ ਨੂੰ ਅਤੇ ਸਿਟੀ ਸਕੈਨ ਦੀ, ਉੱਥੇ ਭੇਜ ਰਹੇ ਆ। ਦੂਸਰਾ ਪੇਸ਼ੈਂਟ ਆ ਉਹ ਹੋਸ਼ ਵਿੱਚ ਆ, ਠੀਕ ਆ, ਉਹਦੀ ਫ੍ਰੈਕਚਰ ਹੈਗਾ ਲੱਤ ਦਾ, ਉਹਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਬਾਈਕ ਅਤੇ ਐਕਟਿਵਾ ਦੀ ਆਮੋ ਸਾਹਮਣੇ ਟੱਕਰ ਹੋਈ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇਸ ਐਕਸੀਡੈਂਟ ਦੇ ਵਿੱਚ ਦੋ ਸ਼ਖਸ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਦੁਪਹੀਆ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਇਹ ਹਾਦਸਾ ਫਲੌਰ ਦੇ ਪਿੰਡ ਗੜਾ ਦੇ ਵਿੱਚ ਹੋਇਆ। ਜ਼ਖਮੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਦੋ ਸ਼ਖਸ ਸਕੂਟੀ 'ਤੇ ਸਵਾਰ ਸੀ ਅਤੇ ਇੱਕ ਬਾਈਕ 'ਤੇ। ਦੱਸਣ ਦੇ ਮੁਤਾਬਿਕ ਜ਼ਖਮੀ ਹੋਏ ਵਿਅਕਤੀਆਂ ਦੀ ਪਹਿਚਾਣ ਮਨੀਸ਼ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਅਰੋੜਾ ਜ਼ਿਲ੍ਹਾ ਊਨਾ ਅਤੇ ਵਿਜੇ ਕੁਮਾਰ ਪੁੱਤਰ ਪਾਲ ਰਾਮ ਵਾਸੀ ਪਿੰਡ ਥਲਾ ਵਜੋਂ ਹੋਈ। ਮ੍ਰਿਤਕ ਦੀ ਪਹਿਚਾਣ ਰਾਹੁਲ ਪੁੱਤਰ ਪ੍ਰੇਮ ਵਾਸੀ ਪਿੰਡ ਪੰਜਾਬਰ ਉਹਨਾਂ ਵਜੋਂ ਹੋਈ। ਸੋ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ। ਐਕਟਿਵਾ ਔਰ ਬਾਈਕ ਦੀ ਆਮੋ ਸਾਹਮਣੇ ਟੱਕਰ ਹੋਈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਸਾਡੇ ਕੋਲ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਨਾਲ। ਇੱਕ ਬਰੋਡ ਡੈਡ ਸੀਗਾ, ਦੂਸਰਾ ਪੇਸ਼ੈਂਟ ਉਹਦੇ ਸਿਰ ਵਿੱਚ ਕਾਫ਼ੀ ਗੰਭੀਰ ਸੱਟ ਆਇਆ, ਹੋਸ਼ ਵਿੱਚ ਪੂਰੀ ਹੋਸ਼ ਵਿੱਚ ਨਹੀਂ ਹੈਗਾ ਪੇਸ਼ੈਂਟ। ਫਸਟ ਏਡ ਅਸੀਂ ਦੇ ਦਿੱਤੀ ਆ ਅਤੇ ਟ੍ਰੀਟਮੈਂਟ ਚੱਲਦਾ ਪਿਆ। ਉਸ ਤੋਂ ਬਾਅਦ ਅੱਗੇ ਸੀ ਸਿਵਲ ਹਸਪਤਾਲ ਜਲੰਧਰ, ਅੱਗੇ ਆਈ ਸੀ ਯੂ ਵਿੱਚ ਐਡਮਿਸ਼ਨ ਦੀ ਲੋੜ ਆ ਉਹਨਾਂ ਨੂੰ ਅਤੇ ਸਿਟੀ ਸਕੈਨ ਦੀ, ਉੱਥੇ ਭੇਜ ਰਹੇ ਆ। ਦੂਸਰਾ ਪੇਸ਼ੈਂਟ ਆ ਉਹ ਹੋਸ਼ ਵਿੱਚ ਆ, ਠੀਕ ਆ, ਉਹਦੀ ਫ੍ਰੈਕਚਰ ਹੈਗਾ ਲੱਤ ਦਾ, ਉਹਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ।